ਸ੍ਰੀ ਅਕਾਲ ਸਰ ਸਰਬਜੀਤ ਸਿੰਘ ਨੇ ਜਿਹੜਾ ਉਂਗਲੀ ਰੱਖੀ ਇੱਕ ਗੱਲ ਦੱਸਦੇ ਕਿ ਇਹਨਾਂ ਦੇ ਬੋਧੇ ਨੇ ਪੰਜਾਬੀ ਦੀ ਪੜ੍ਹਨੀ ਬੋਲਣੀ ਨਹੀਂ ਜਿਹੜਾ ਦਰੰਗ ਵਿੱਚ ਜਮਿਆ। ਮੈਂ ਇਸ ਨੂੰ ਸੋਚ ਵਿਚਾਰ ਕੇ ਅਸੀਂ ਇਸ ਗੱਲ ਦੀ ਗੱਲ ਕਰੀਏ ਤਾਂ ਕਿ ਇਹਦੇ ਵਿੱਚ ਕੋਈ ਅਸੀਂ ਵੀ ਨਤੀਜੇ 'ਤੇ ਪਹੁੰਚ ਸਕੀਏ। ਇਸ ਪ੍ਰੋਬਲਮ ਕਿਹੜਾ ਬੱਚਾ ਜਿਹੜਾ ਹੈਗਾ ਆਪਣੇ ਆਪ ਨੂੰ ਪੰਜਾਬੀ ਕਹਾਏਗਾ ਅਗਰ ਉਹ ਆਪਣੀ ਜਿਹੜੀ ਆਇਡੈਂਟੀ ਤੇ ਪ੍ਰਾਊਡ ਨਹੀਂ ਫੀਲ ਕਰਦਾ, ਉਹ ਪ੍ਰਾਈਡ ਜਿਹੜਾ ਹੈਗਾ ਉਹ ਨਹੀਂ ਹੋਏਗਾ ਉਹਦੇ ਅੰਦਰ ਕਿ ਮੈਂ ਪੰਜਾਬੀ ਹਾਂ। ਉਸ ਨੂੰ ਪ੍ਰਾਈਡ ਅਸੀਂ ਕਿਸ ਤਰ੍ਹਾਂ ਦੇਣਾ ਹੈਗਾ, ਉੱਥੋਂ ਗੱਲ ਚੱਲੇਗੀ। ਅਸੀਂ ਗੁਰਦੁਆਰਿਆਂ ਵਿੱਚ ਜਿੰਨੇ ਮਰਜ਼ੀ ਉੱਥੇ ਜਿਹੜੇ ਹੈਗੇ ਆ ਅਸੀਂ ਪੰਜਾਬੀ ਦੇ ਸ਼ਬਦ ਪੜ੍ਹ ਲਈਏ ਕਰ ਲਈਏ, ਉਹਨਾਂ ਬੱਚਿਆਂ ਨੇ ਨਹੀਂ ਪੋਲੀਟੀ ਪੰਜਾਬੀ ਬੋਲਣੀ। ਇਹ ਮੈਂ ਸ਼ੋਪਸ਼ਰ ਦੇ ਜਿਹੜੇ ਕਾਉਂਟੀ ਹੈਗੇ ਉੱਥੇ ਜਦੋਂ ਮੂਵ ਹੋਇਆ ਅਤੇ ਉੱਥੋਂ ਸਾਡੇ ਪੰਜਾਬੀ ਲੋਕ ਜਿਹੜੇ ਸੀ ਫੈਕਟਰੀ ਵਿੱਚ ਕੰਮ ਕਰ ਗਏ ਸੀ, ਉਹਨਾਂ ਦੇ ਬੱਚੇ, ਉਹਨਾਂ ਵਿੱਚ ਇੱਕ ਟੀਚਰ ਤੱਕ ਵੀ ਨਹੀਂ ਸੀ, ਕੋਈ ਗ੍ਰੈਜੂਏਟ ਨਹੀਂ ਸੀ, ਜਾਂ ਗ੍ਰੈਜੂਏਟ ਹੋਏਗਾ ਤਾਂ ਉਹ ਸਾਰੇ ਟਾਈਮ ਫੈਕਟਰੀ ਦੇ ਵਿੱਚ ਹੀ ਉਹ ਸਮਾਨ। ਉਹਨਾਂ ਦੇ ਬੱਚਿਆਂ ਦੀ ਇਹ ਬਹੁਤ ਵੱਡੀ ਪ੍ਰੋਬਲਮ ਸੀ ਕਿ ਇਹੋ ਗੱਲ ਜਿਹੜੀ ਇਹ ਕਹਿ ਰਹੇ ਨੇ ਕਿ ਉਹਨਾਂ ਨੂੰ ਆਪਣੀ ਪੰਜਾਬੀ ਦੇ ਬਾਰੇ ਪਤਾ ਨਹੀਂ ਸੀ, ਸਵਾਇ ਇਸ ਲਈ ਗੁਰਦੁਆਰੇ ਜਾ ਕੇ ਮੱਥਾ ਟੇਕੋ। ਹੋਰ ਉਹਨਾਂ ਕੋਲ ਕੋਈ ਟੈਂਜੀਬਲ ਐਸੈਟ ਕੋਈ ਨਹੀਂ ਸੀ, ਕੁਛ ਨਹੀਂ ਸੀ ਕਹਿ ਸਕਦੇ ਕਿ ਪੰਜਾਬੀ ਕਿ ਜਿਹਦੇ ਨਾਲ ਉਹ ਜੋੜ ਸਕਣ। ਮੈਂ ਉੱਥੋਂ ਦੇ ਐਜੂਕੇਸ਼ਨ ਡਿਪਾਰਟਮੈਂਟ ਨੂੰ ਇਹ ਕਿਹਾ ਕਿ ਤੁਸੀਂ ਪੰਜਾਬ ਤੋਂ 6 ਆਰਟਿਸਟ ਲਾਓ, ਇੱਥੇ ਜਿਹੜੇ ਮੇਨ ਸਟ੍ਰੀਮ ਸਕੂਲ ਨੇ ਉਹਨਾਂ ਵਿੱਚ ਪੰਜਾਬੀ ਕਲਚਰ ਬਾਰੇ ਪੰਜਾਬੀ ਆਰਟ ਬਾਰੇ ਉਹ 4 ਹਫ਼ਤੇ 6 ਹਫ਼ਤੇ ਉਹ ਆਪਣਾ ਕੰਮ ਕਰਨ, ਉਹਨਾਂ ਬਾਰੇ ਦੱਸਣ। ਗੁਰਚਰਨ ਸਿੰਘ ਚੰਨੀ ਆਪਣੇ ਥੀਏਟਰ ਵਾਲੇ ਨੇ ਚੰਡੀਗੜ੍ਹ, ਉਹਨਾਂ ਨੇ 4 ਸਕੂਲਾਂ 'ਚ ਕੰਮ ਕੀਤਾ ਉੱਥੇ, ਔਰ ਉਸ ਤੋਂ ਬਾਅਦ ਇੱਕ ਸੰਚਵਾਰ ਨੂੰ ਜਿਹੜਾ ਸ਼ਹਿਰ ਸੀ ਸ਼ੁਰੂ ਕਰੀ ਜਿੱਥੇ ਸਾਡੇ ਪੰਜਾਬੀ ਰਹਿੰਦੇ ਹੋਣਗੇ, ਕੋਈ ਪੰਜਾਬੀ ਨਹੀਂ ਹੈਗਾ ਉੱਥੇ ਜਾਂ ਨਾ ਵਰਗਾ ਹੈ। ਔਰ ਉੱਥੇ ਸੰਚਵਾਰ ਸਵੇਰੇ ਉਹਨਾਂ ਨੇ 4 ਗਲੀਆਂ ਤੋਂ ਜਿਹੜੇ ਸਟੂਡੈਂਟ ਨੇ ਉਹਨਾਂ ਨੇ ਪੱਗਾਂ ਬੰਨੀਆਂ ਹੋਈਆਂ ਸਟੂਡੈਂਟਸ ਦੇ, ਪ੍ਰਾਇਮਰੀ ਸਕੂਲ ਦੇ ਬੱਚੇ ਬੈਜ ਲਾਇਆ ਹੈ ਆਈ ਐਮ ਪ੍ਰਾਊਡ ਪੰਜਾਬੀ ਸਟ੍ਰਕਚਰ, ਔਰ ਬੋਲੇ ਸੋ ਨਿਹਾਲ ਕਰਦੇ ਉਹ ਜਗਾਰੇ ਲਾਉਂਦੇ ਆ ਰਹੇ ਨੇ 4 ਪਾਸਾਂ ਉਸ ਚੌਕ ਦੇ ਵਿੱਚ ਉਹ ਇਕੱਠੇ ਹੋਏ। ਔਰ ਉੱਥੇ ਇੱਕ ਪੈਡ ਬਿਲਡਿੰਗ ਬਣਨੀ ਸੀ, ਉੱਥੇ ਪੈਡ ਤੇ ਚੜਿਆ ਹੈ ਪੰਜਾਬੀ ਮੁੰਡਾ ਇੱਕ, ਉਸਨੂੰ ਪਤਾ ਨਹੀਂ ਲੱਗਿਆ ਕਿ ਕੀ ਹੋ ਗਿਆ, ਇਹ ਤਾਂ ਕਿਤੇ ਹੋ ਹੀ ਨਹੀਂ ਸਕਦਾ ਸੀ ਕਿ ਉੱਥੇ ਪੰਜਾਬੀ ਹੈ ਨਹੀਂ ਕੋਈ ਵੀ, ਇਹ ਕਿਸ ਤਰ੍ਹਾਂ ਹੋ ਗਿਆ ਕਿ ਉਹ ਜਿਹੜੇ ਸਾਰੇ ਬੱਚੇ ਜਿਹੜੇ ਉਹ ਪੱਗਾਂ ਬੰਨ ਕੇ ਅਤੇ ਆਪਣਾ ਬੈਜ ਲਾ ਕੇ ਪੰਜਾਬੀ ਦਾ ਅਤੇ ਉਹ ਆ ਰਹੇ ਨੇ ਸਟੋਪ ਦੇ ਵਿੱਚ ਸਾਰੇ ਬੋਲੇ ਸੋ ਨਿਹਾਲ। ਉਹ ਮੈਨੂੰ ਮੇਰੀ ਪੱਗ ਦੇਖ ਕੇ ਉਹ ਮੇਰੇ ਕੋਲ ਸਰ ਜੀ ਤੁਸੀਂ ਕੀ ਕਰਾ ਤਾ, ਕੀ ਹੋਇਆ ਕਿਵੇਂ? ਅੱਛਾ ਅਤੇ ਫਿਰ ਖੈਰ ਮੈਂ ਉਹਨੂੰ ਕਿਹਾ ਮੈਂ ਗੱਲ ਦੱਸਾਂਗੇ। ਜਿਹੜਾ ਉਸਨੇ ਇੰਪੈਕਟ ਪਾਇਆ ਬੱਚਿਆਂ ਦੇ ਸਾਡੇ ਤਰਫੜ ਦੇ ਵਿੱਚ ਕਿ ਅਸੀਂ ਪ੍ਰਾਊਡਲੀ ਪੰਜਾਬੀ ਹੋ ਕੇ ਅਸੀਂ ਸਕੂਲ ਦੇ ਵਿੱਚ ਜਾ ਸਕੀਏ, ਕਿਉਂਕਿ ਉਹਦਾ ਜਿਹੜੇ ਮੇਨ ਬੱਚੇ ਸੀ ਉਹ ਕਹਿੰਦੇ ਸੀ ਅਸੀਂ ਪੰਜਾਬੀ ਹਾਂ। ਮੇਰਾ ਮਤਲਬ ਕਹਿੰਦਾ ਕਿ ਇਹ ਦੋ ਤਰੀਕੇ ਨੇ ਇਸ ਸਵਾਲ ਨੂੰ ਹੱਲ ਕਰਨ ਦੇ,
ਜਾਂ ਤਾਂ ਅਸੀਂ ਗੁਰਦੁਆਰਿਆਂ ਵਿੱਚ ਜ਼ਿਆਦਾ ਹੋਊ 'ਚ ਉਹਨਾਂ ਦੇ ਜ਼ੋਰ ਦੇਈਏ, ਪ੍ਰੈਸ਼ਰ ਕਰੀਏ ਕਿ ਤੁਸੀਂ ਪੰਜਾਬੀ ਬੋਲੋ, ਵੰਗ ਬੰਨੋ, ਇਹ ਕਰੋ। ਜਾਂ ਦੂਸਰਾ ਤਰੀਕਾ ਇਹ ਹੈ ਕਿ ਲੋਕਲ ਜਿਹੜੀ ਹੈਗੀ ਹੈ ਸੁਸਾਇਟੀ, ਉਸ ਨੂੰ ਦੱਸੀਏ ਕਿ ਪੰਜਾਬੀ ਕੌਣ ਨੇ, ਤਾਂ ਕਿ ਉਹ ਇੱਜ਼ਤ ਨਾਲ ਦੇਖ ਸਕਣ ਮੇਰੇ ਵੱਲ, ਤਾਂ ਮੈਂ ਉੱਥੇ ਖੜਾ ਹੋ ਕੇ ਪੰਜਾਬੀ ਹੀ ਗੱਲ ਕਰ ਸਕਦਾ ਹੈਗਾ ਔਰ ਪੱਗ ਬੰਨ ਕੇ ਖੜਾ ਹੋ ਸਕਦਾ। ਇਹ ਹੁਣ ਤੁਸੀਂ ਦੇਖ ਲਓ ਕਿ ਤੁਸੀਂ ਕੱਲ ਇਹ ਗੱਲ ਸ਼ਾਮੀ ਚੱਲ ਰਹੀ ਸੀ ਕਿ ਪੰਜਾਬੀ ਦਾ ਰੋਮਨਾਈਜੇਸ਼ਨ ਜਿਹੜੀ ਹੈਗੀ ਆ, ਰੋਮਨ ਦੇ ਵਿੱਚ ਲਿਖਿਆ ਜਾ ਰਿਹਾ ਉਹ ਕਿਸ ਤਰ੍ਹਾਂ ਲਿਖਿਆ ਜਾ ਰਿਹਾ। ਇਹਨਾਂ ਨੇ ਭਾਈ ਆਪਣੇ ਸਰਵਨ ਸਿੰਘ ਹੋਰਾਂ ਨੇ ਬੜੇ ਚਿੰਤਕ ਨੇ, ਇਹ ਮੈਨੂੰ ਕਹਿੰਦੇ ਸੀ ਕਿ ਅੱਗੇ ਹੁਣ ਤੱਕ ਇਸ ਤਰ੍ਹਾਂ ਚੱਲਦਾ ਰਿਹਾ, ਹੁਣ ਇਹ ਪੰਜਾਬੀ ਜਿਹਨੇ ਪੜ੍ਹਨੀ ਉਹ ਪੜ੍ਹੇ ਲੈਣੀ। ਇੱਥੇ ਸਵਾਲ ਹੁਣ ਪੰਜਾਬੀ ਦਾ ਇਹ ਨਹੀਂ ਰਹਿ ਗਿਆ ਕਿ ਪੰਜਾਬ ਦੇ ਵਿੱਚ ਬੱਚੇ ਪੜ੍ਹਨਗੇ ਨਹੀਂ ਪੜ੍ਹਨਗੇ, ਸਵਾਲ ਇਹ ਵੀ ਬਣ ਗਿਆ, ਉਹਨਾਂ ਬੜਾ ਸਵਾਲ ਹੀ ਬਣ ਗਿਆ ਕਿ ਉਹ ਬ੍ਰਹਮਪੁਰ ਵਿੱਚ ਪੜ੍ਹਨਗੇ ਕਿ ਨਹੀਂ ਪੜ੍ਹਨਗੇ, ਔਰ ਜੇ ਪੜ੍ਹਨਗੇ ਕਿਸ ਤਰ੍ਹਾਂ ਪੜ੍ਹਨਗੇ, ਅਸੀਂ ਉਹਨਾਂ ਨੂੰ ਕੀ ਸਹੂਲਤਾਂ ਦੇਵਾਂਗੇ। ਠੀਕ ਹੈ ਨਾ, ਉਹ ਕੋਈ ਸਾਇੰਟੀਫਿਕਲੀ ਜਿਹੜੀ ਹੈਗੀ ਆ ਉਹ ਅਸੀਂ ਉਸ ਨੂੰ ਅੱਗੇ ਤੋਰਾਂਗੇ ਤਾਂ ਉਹ ਗਲਤ ਚੱਲੇਗੀ। ਜਿਸ ਤਰ੍ਹਾਂ ਅੱਗੇ ਚੱਲਦੀ ਆਈ ਹੈ ਟਾਈਮ ਨਾਲ ਚੇਂਜ ਹੋ ਜਾਂਦਾ। ਕੱਲ੍ਹ ਅਮਰਜੀਤ ਗਰੇਵਾਲ ਨੇ ਮੈਨੂੰ ਸਵੇਰੇ ਲਿਫਟ ਦਿੱਤੀ ਲੁਧਿਆਣਾ ਤੋਂ, ਉਦੋਂ ਗੱਲ ਹੋ ਰਹੀ ਸੀ, ਮੈਂ ਉਹਨਾਂ ਨੂੰ ਇੱਕ ਛੋਟੀ ਜਿਹੀ ਗੱਲ ਦੱਸਿਆ ਸੀ। ਮੈਂ ਕਿਹਾ ਗੱਲ ਇਹ ਹੈ ਕਿ ਵੀ ਕਿਤਾਬਾਂ ਦੀ ਗੱਲ ਚੱਲ ਰਹੀ ਸੀ, ਮੈਂ ਕਿਹਾ ਤੁਸੀਂ ਕਿਸੇ ਬੁੱਕ ਸ਼ਾਪ ਦੇ ਵਿੱਚ ਚਲੇ ਜਾਓ, ਉੱਥੇ ਦੋ ਤਰ੍ਹਾਂ ਦੀਆਂ ਕਿਤਾਬਾਂ ਨੇ, ਇੱਕ ਅਚੀਵਮੈਂਟ ਬਾਰੇ ਨੇ ਜਿਹਨਾਂ ਨੇ ਅਚੀਵ ਕੀਤਾ ਜਾਂ ਕਿਸ ਤਰ੍ਹਾਂ ਅਚੀਵ ਕਰਦਾ ਕੀਤਾ ਜਾਂ ਜਿਹੜਾ ਹੈਗਾ ਕਿ ਕਿਸ ਤਰ੍ਹਾਂ ਅਚੀਵ ਕਰਨਾ, ਉਹ ਅਚੀਵਮੈਂਟ ਬਾਰੇ ਕਿਤਾਬਾਂ। ਦੂਸਰੀਆਂ ਕਿਤਾਬਾਂ ਕੁਛ ਹੈਗੀਆਂ ਨੇ ਜਿਹੜੀਆਂ ਕਿ ਰਿਅਲਾਈਜੇਸ਼ਨ ਬਾਰੇ ਨੇ ਕਿ ਕਿਸੇ ਨੇ ਰਿਅਲਾਈਜੇਸ਼ਨ ਜਿਹੜੀ ਹੈਗੀ ਆ, ਬੁੱਧ ਨੇ ਕੀ ਰਿਅਲਾਈਜ਼ ਹੋਇਆ ਉਸ ਬਾਰੇ, ਉਹ ਅੱਜ ਵੀ ਲਾਗੂ ਹੈ। ਜਿਹੜੀਆਂ ਰਿਅਲਾਈਜੇਸ਼ਨ ਹੁੰਦੀਆਂ ਨੇ ਉਹ ਦੂਰ ਤੱਕ ਉਹਨਾਂ ਦਾ ਇੰਪੈਕਟ ਰਹਿੰਦਾ ਹੈ, ਔਰ ਜਿਹੜੀਆਂ ਅਚੀਵਮੈਂਟ ਹੁੰਦੀਆਂ ਨੇ ਉਹ ਟੈਂਪਰੇਰੀ ਹੁੰਦੀਆਂ ਨੇ, ਲਾਈਫ ਥੋੜ੍ਹੀ ਹੁੰਦੀ ਹੈ। ਅਸੀਂ ਬਹੁਤਾ ਟਾਈਮ ਜਿਹੜਾ ਹੈਗਾ ਜਾਂ ਤਾਲੀਆਂ ਵਜਾਉਂਦੇ ਹਾਂ ਅਚੀਵਮੈਂਟ ਸੇ ਵਜਾਉਂਦੇ, ਜਿਹੜੀ ਸੋਚ ਆ ਸੋਚ ਦੇ ਉੱਤੇ ਅਸੀਂ ਤਾਲੀਆਂ ਨੂੰ ਵਜਾਉਂਦੇ, ਜੇ ਕੋਈ ਨਵਾਂ ਸੋਚ ਦਿੰਦਾ ਹੈਗਾ ਉਹਨੂੰ ਅਸੀਂ ਤਾਲੀਆਂ ਨੂੰ ਵਜਾਉਂਦੇ। ਅਸੀਂ ਜੇ ਕਹੀਏ ਕਿ ਜੇ ਵੀ ਉਸਨੇ ਇੱਦਾਂ ਕਰਕੇ ਉੱਥੇ ਆਲੂ ਜਿਹੜੇ ਹੈਗੇ ਇੰਨੇ ਕੈਲੀਫੋਰਨੀਆ ਜਿਹੜੇ ਹੈਗੇ ਉਹਨੇ ਬੀਜੇ ਕਿ ਉਹ ਮਿਲੀਅਨਰ ਬਣ ਗਿਆ, ਮਿਲੀਅਨਰ ਬਣ ਗਿਆ, ਅਸੀਂ ਤਾਲੀਆਂ ਵਜਾਉਂਦੇ, ਕਿਉਂਕਿ ਇਹ ਸਾਨੂੰ ਦੇਖਣਾ ਪਏਗਾ ਕਿ ਅਸੀਂ ਜਿਹੜਾ ਹੈਗਾ, ਜੇ ਜਿਹੜੀ ਗੱਲ ਜਿਹੜੀ ਹੈਗੀ ਅਸੀਂ ਕਹਿੰਦੇ ਕਿ ਯੂਰਪ ਜਿਹੜਾ ਹੈਗਾ ਇੱਦਾਂ ਸਾਡੇ 'ਤੇ ਥੋਪ ਰਿਹਾ, ਅਸੀਂ ਆਪਣੀ ਜਿਹੜਾ ਸੋਚ ਹੈਗੀ ਉਹ ਸੋਚ ਦੇ ਸਿਰ 'ਤੇ ਉਹਨਾਂ ਨੇ ਪਲੈਨ ਉਸ ਤਰੀਕੇ ਨਾਲ ਕੀਤਾ, ਪ੍ਰੋਵੀਜ਼ਨ ਉਹ ਕੀਤਾ ਹੈਗਾ, ਤਾਂ ਉਹਨਾਂ ਦੀ ਅੱਗੇ ਐਕਸਪੈਂਸ਼ਨ ਹੋਈ ਹੈ ਉਹਨਾਂ ਦੇ ਕਲਚਰ 'ਚ। ਇਹ ਨਹੀਂ ਕਿ ਅਸੀਂ ਉਹਨਾਂ ਨੇ ਬਹੁਤ ਵੱਡੇ ਜਿਕਾਰੇ ਲਾਏ ਸੀ, ਜਿਕਾਰੇ ਜਿਹੜੇ ਹੈਗੇ ਉਹ ਸਾਨੂੰ ਉਤਸ਼ਾਹ ਦੇਣ ਵਾਸਤੇ ਪਿੰਡ ਦੇ ਵਿੱਚ ਬਹੁਤ ਅੱਛੀ ਗੱਲ, ਉਹ ਵੀ ਇੱਕ ਟੂਰ ਬੜਾ ਵਧੀਆ ਜਿਹੜਾ ਕਿ ਸਾਡੇ ਆਪਣੇ ਲੋਕਾਂ ਨੂੰ ਇਕੱਠਾ ਕਰੇਗਾ। ਪਰ ਜੇ ਤੁਸੀਂ ਬਾਹਰੋਂ ਕਿਸੇ ਨੂੰ, ਜਿਹੜੀ ਗਲੋਬਲਾਈਜ਼ਡ ਵਰਲਡ ਹੋ ਗਈ ਆ, ਉਹ ਹੁਣ ਪਿੰਡ ਦੇ ਵਿੱਚ ਪਿੰਡ ਨਹੀਂ ਰਿਹਾ, ਉਹ ਇਹ ਅਸੀਂ ਗਲੋਬਲਾਈਜ਼ਡ ਦੁਨੀਆਂ ਵਿੱਚ ਵਰਲਡ 'ਚ ਵੱਸ ਰਹੇ। ਜੇ ਉੱਥੇ ਜਿਹੜਾ ਹੈਗਾ ਸਾਡੀ ਪੰਜਾਬੀ ਦੀ ਜਾਂ ਗੁਰੂਆਂ ਦੀ ਕੋਈ ਵੀ ਗੱਲ ਜਿਹੜੀ ਹੈਗੀ ਆ ਸੁਣੀ ਜਾਏਗੀ, ਉਹ ਸਾਨੂੰ ਉਸ ਲੈਵਲ ਦੇ ਉੱਤੇ ਉਹਨੂੰ ਜਾਂਚ ਕੇ ਕਿ ਦੇਖੋ ਉਹਨਾਂ ਦੀ ਹਿਊਮਨ ਵੈਲਿਊਜ਼ ਜਿਹੜੀਆਂ ਸੀਗੀਆਂ ਗੁਰੂਆਂ ਦੀਆਂ, ਉਹ ਇੰਨੀਆਂ ਸਟਰੋਂਗ ਸੀਗੀਆਂ ਕਿ ਸਭ ਤੋਂ ਪਹਿਲੇ ਸੀਗੇ ਐਮਨੈਸਟੀ ਇੰਟਰਨੈਸ਼ਨਲ ਨੇ ਇੱਕ ਕਿਤਾਬ ਛਾਪੀ ਆ, ਉਹਨੇ ਸਟੱਡੀ ਕੀਤੀ ਸੀ, ਹਰ ਸਦੀ 'ਚ ਜੋ ਉਹਨਾਂ ਨੇ ਪੰਜ ਇਨਸਾਨ ਲਏ ਨੇ ਜਿਹਨਾਂ ਨੇ ਹਿਊਮਨ ਰਾਈਟਸ ਦੇ ਉੱਤੇ ਸ਼ੁਰੂ 'ਚ ਖੜੇ ਹੋਏ। ਉਹਨਾਂ ਵਿੱਚ ਡਾਕਟਰ ਪ੍ਰੀਤਮ ਸਿੰਘ ਨੇ ਉਹਨਾਂ ਨੂੰ ਗੁਰੂ ਤੇਗ ਬਹਾਦਰ ਬਾਰੇ
ਐਗਜ਼ਾਮਪਲ ਦਿੱਤੀ ਕਿ ਉਹ ਸਭ ਤੋਂ ਵੱਡੀ ਹਿਊਮਨ ਰਾਈਟਸ ਦੇ ਜਿਹੜੇ ਆਗੂ ਸੀਗੇ ਉਹ ਸੀਗੇ, ਕਿਉਂਕਿ ਉਹਨਾਂ ਨੇ ਭਾਸ਼ਾ ਨੂੰ ਚੈਲੰਜ ਕੀਤਾ ਸੀ ਕਿ ਇਹਨਾਂ ਨੂੰ ਉਹਨਾਂ ਰਾਈਟ ਐਕਸ਼ਨ ਦੂਸਰਾ ਹੈ ਨਾ। ਔਰ ਉਹ ਐਮਨੈਸਟੀ ਇੰਟਰਨੈਸ਼ਨਲ ਜਿਹੜੇ ਹੈਗੇ ਆ ਉਸ ਕਿਤਾਬ ਦੇ ਵਿੱਚ ਗੁਰੂਆਂ ਦੀ ਇੱਕ ਗੱਲ ਆਉਣੀ ਹੈ, ਉਸ ਸੋਚ ਨਾਲ ਆਏਗੀ, ਉਹ ਜਕਾਰਿਆਂ ਨਾਲ ਨਹੀਂ ਆਏਗੀ। ਇਸ ਕਰਕੇ ਅਸੀਂ ਜਿਹੜਾ ਹੈਗਾ ਇਸ ਜਿਹੜੀ ਕਾਨਫਰੰਸ ਕੀਤੀ ਆ ਇਹਦੇ ਵਿੱਚ ਥੋੜ੍ਹਾ ਜਿਹਾ ਮੇਰਾ ਆਪਣਾ ਇੱਕ ਵਿਚਾਰ ਸੀ ਕਿ ਕੁਛ ਬੰਦੇ ਜਿਹੜੇ ਨਾ ਬਜਾਏ ਇਸ ਤਰ੍ਹਾਂ ਕਰਦੇ ਇੱਕ ਰਾਊਂਡ ਟੇਬਲ ਕਾਨਫਰੰਸ ਹੋਵੇ ਉੱਥੇ ਬੈਠ ਕੇ ਵਿਚਾਰ ਕਿ ਅਸੀਂ ਇਹਨਾਂ ਗੱਲਾਂ ਨੂੰ ਕਿਸ ਤਰ੍ਹਾਂ ਸੁਲਝਾਉਣਾ। ਠੀਕ ਹੈ ਨਾ, ਜਿਹੜੀ ਬਹੁਤ ਸਾਰਾ ਕੰਮ ਕਰਨ ਵਾਲਾ ਮੈਂ ਜਿਹੜਾ ਹੈਗਾ ਆਰਟਿਸਟ ਹੈਗਾ ਮੇਰਾ ਫੀਲਡ ਹੈ, ਮੈਂ ਤੁਹਾਨੂੰ ਇਹ ਕਹਿ ਸਕਦਾ ਦੱਸ ਸਕਦਾ ਕਿ ਮੇਰੀ ਕਿਤਾਬ ਇੱਕ ਫਿਲਮ ਦੇ ਪਬਲਿਸ਼ਰ ਨੇ ਸਤੰਬਰ ਦੇ ਵਿੱਚ ਛਾਪੀ ਸੀ ਔਰ ਉਹਨੇ ਇਟਲੀ ਦੇ ਵਿੱਚ ਉੱਥੇ ਬਲੋਨੀਆ ਵਿੱਚ ਇੰਟਰਨੈਸ਼ਨਲ ਆਰਟ ਫੈਸਟੀਵਲ ਹੁੰਦਾ ਉੱਥੇ ਰਿਲੀਜ਼ ਕੀਤੀ। ਜਦੋਂ ਰਿਲੀਜ਼ ਕੀਤੀ ਉਸਨੇ ਇਹ ਵੀ ਕੀਤਾ ਕਿ ਇੰਗਲੈਂਡ ਤੋਂ ਉਹਨੇ ਪ੍ਰੋਫੈਸਰ ਇੱਕ ਸੀਗਾ ਆਰਟ ਹਿਸਟਰੀ ਦਾ ਜਿਹੜਾ ਕਿ ਮੇਰੇ ਕੰਮ ਵਾਲੇ ਜਹਾਜ਼ ਸੀ, ਉਹਨੂੰ ਬੁਲਾਇਆ ਤਾਂ ਕਿ ਡਿਸਕਸ਼ਨ ਹਾਸਲ ਕਰ ਸਕੇ। ਜਿਹੜੀ ਮੇਰੇ ਐਡੀਟਰ ਸੀ ਇੰਗਲਿਸ਼ ਪੜ੍ਹ ਉਹਨੂੰ ਵੀ ਬੁਲਾਇਆ, ਹੋਰ ਉੱਥੇ ਇਟਲੀ ਦੇ ਕੁਛ ਦੋ ਆਰਟੀਕਲ ਬੁਲਾਏ, ਉਹ ਦੋ ਘੰਟੇ ਦਾ ਤਿੰਨ ਘੰਟੇ ਦਾ ਸੈਮੀਨਾਰ ਉਹਨੇ ਬੁਲਾਇਆ ਪਬਲਿਸ਼ਰ। ਉੱਥੇ ਸੈਮੀਨਾਰ ਦੇ ਵਿੱਚ ਇੱਕ ਕੁੜੀ ਸਿਗਰਟ ਪੀ ਰਹੀ ਆ ਅਤੇ ਉਹ ਬਿੱਲੀ ਬੈਠੀ। ਜਦੋਂ ਉਹ ਸਾਰਾ ਕੁਛ ਹੋਇਆ ਉਹ ਆ ਕੇ ਨਾ ਮੈਨੂੰ ਜਿੱਥੇ ਪਾ ਲਿਆ, ਉਹ ਬੁੜੀ ਨੱਠ ਗਈ, ਕਹਿੰਦੀ ਜੀ ਮੈਂ ਸਰਦਾਰ ਵੀ ਬੁੜੀਆਂ ਮੈਂ ਗੁਆਚ ਗਈ ਸੀ, ਮੈਨੂੰ ਲੱਗਿਆ ਸੀ ਕਿ ਸਾਡਾ ਹੈ ਸੋਚ ਵਿਚਾਰ ਕਰਨ ਵਾਲਾ ਕੋਈ ਸਰਦਾਰ ਨਹੀਂ ਹੈਗਾ, ਮੈਂ ਇਸ ਕਰਕੇ ਉਸ ਕਮਿਊਨਿਟੀ ਨੂੰ ਛੱਡ ਕੇ ਆ ਗਈ ਸੀ, ਆਪਣੇ ਪੇਰੈਂਟਸ ਨੂੰ ਫੈਮਿਲੀ ਛੱਡ ਕੇ ਆ ਗਈ ਸੀ, ਜੇ ਉਹਨਾਂ ਨੇ ਕਦੇ ਸੋਚ ਕੇ ਜਾ ਕੇ ਕੋਈ ਗੱਲ ਹੀ ਨਹੀਂ ਕੀਤੀ, ਉਹ ਸਿਰਫ ਇਹੋ ਕਹਿੰਦੇ ਰਹੇ ਨੇ ਕਿ ਅਸੀਂ ਇੰਨੇ ਲੀਰੇ ਕਮਾ ਲਏ, ਇੰਨੇ ਦੌਲਤ ਕਮਾ ਲਿਆ, ਇਹ ਕਰ ਲਏ ਜਾਂ ਇਹ ਕਰ ਲੈ। ਜਿਹੜੀ ਸੋਚ ਵਿਚਾਰ ਦੀ ਗੱਲ ਹੈ ਉਹ ਕਹਿੰਦੀ ਕੋਈ ਹੈ ਹੀ ਨਹੀਂ ਸੀ। ਮੈਂ ਇਹਨੂੰ ਕਹਿੰਦੀ ਇਹਨਾਂ ਦੇ ਵਿੱਚ ਯੂਰੋਪੀਅਨਸ ਦੇ ਵਿੱਚ ਆ ਕੇ ਕੋਈ ਜਿਹੜੀ ਸੋਚ ਵਿਚਾਰ ਦੀ ਗੱਲ ਹੈ ਉਹ ਡਿਸਕਸ਼ਨ ਆ ਕੋਈ ਫਿਲੋਸਫੀ ਡਿਸਕਸ਼ਨ ਉਹ ਥੀਏਟਰ ਦੀ ਇੰਟਰਸਟ ਸੀ ਉਸ ਕੁੜੀ। ਉਹ ਕਹਿੰਦੀ ਮੈਂ ਥੀਏਟਰ ਦਾ ਜਿਹੜਾ ਹੈਗਾ ਜਿਸ ਲੈਵਲ 'ਤੇ ਮੈਂ ਕੰਮ ਕਰਨਾ ਚਾਹੁੰਦੀ ਸੀ ਕਿ ਸਾਰੇ ਪੰਜਾਬੀਆਂ ਦੇ ਵਿੱਚ ਜਿਹੜਾ ਹੈਗਾ ਇਟਲੀ ਦੇ ਵਿੱਚ ਕੋਈ ਸਵਾਲ ਨਹੀਂ ਤਾਂ ਆਰਾਮ ਗੱਲ ਕਰ ਸਕਦੇ। ਉਹ ਕਹਿੰਦੀ ਤੁਸੀਂ ਮੈਨੂੰ ਪਹਿਲੀ ਵਾਰ ਕਰਾਇਆ ਕਿ ਇੱਕ ਪੰਜਾਬੀ ਵੀ ਜਿਹੜਾ ਹੈਗਾ ਉਹ ਇੰਟਰਸਟ ਸਟੇਜ ਦੇ ਉੱਤੇ ਉਹਦੀ ਕਦਰ ਹੋ ਸਕਦੀ ਹੈ, ਉਹ ਪਾਕਿਸਤਾਨ ਖੜਾ ਹੋ ਸਕਦਾ, ਔਰ ਮੈਂ ਅੱਜ ਪ੍ਰਾਊਡ ਫੀਲ ਕਰਦੀ ਹਾਂ।